ਤਾਂ ਇੱਕ ਵੀਰ ਸੀਗੇ ਉੱਪਰ ਕਹਿੰਦੇ ਸੀ ਕਿ ਬਾਈ ਮੋਗੇ ਵਾਲੇ ਪਾਸੇ ਸਾਡੇ ਮੇਲਾ ਦੇ ਸ਼ਹਿਰ ਫਰੀਦਕੋਟ ਹਲਕੇ 'ਚ ਪੈਂਦਾ, ਇੱਧਰ ਨਹੀਂ ਵੇਵ ਬਣਨੀ ਜੀ, ਪਰ ਕਹਿੰਦੇ ਕਿ ਉੱਧਰ ਸਾਈਕਲ ਵਾਲਾ ਪੋਸਟਰ ਲਾਉਂਦਾ ਰਹਿ ਗਿਆ ਜੀ, ਅਤੇ ਇਹ ਲਿਆ ਕੇ ਇੱਥੇ ਮਲੋਟ ਵੀ ਇੱਕ ਲਾਉਂਦਾ ਫਿਰਦਾ ਸੀਗਾ ਸਾਈਕਲ ਵਾਲਾ, ਉਹੀ ਹੈ ਮਲੋਟ ਵਾਲੀ ਉੱਥੇ ਚੱਲ ਗਿਆ, ਹਾਂਜੀ ਉਹ ਵੀ ਫਰੀਦਕੋਟ ਪੋਸਟਰ ਹੀ ਲਾਉਂਦਾ ਰਿਹਾ, ਤੇ ਬਸ ਉਹ ਸਾਈਕਲ ਉਹਨੂੰ ਕਿ ਭਜਾਈ ਫਿਰ ਵੀ ਰਿਹਾ, ਅਬੋਹਰ ਵਾਲੀ ਸਾਈਡ ਤੋਂ ਤੁਰਿਆ, ਮੈਨੂੰ ਲੱਗਦਾ ਮੋਗਾ ਸੈਂਟਰ 'ਚ ਪਹੁੰਚ ਗਿਆ। ਨਹੀਂ, ਥੋੜ੍ਹੇ ਚਿਰ ਪਹਿਲੇ ਉਹ ਪੋਸਟ ਪਾਤੀ ਸੀ ਸਾਰੇ ਵੀਰਾਂ ਨੂੰ, ਕਹਿੰਦਾ ਬਈ ਮੁਬਾਰਕਾਂ ਜਿੰਨਾ ਵੀ ਟਿਕਟਾਂ ਮਿਲ ਗਈਆਂ ਨੇ, ਮੈਂ ਠੀਕ ਆ ਬਾਈ ਹੋਰ ਕੀ ਕਰ ਸਕਦੇ ਫਿਰ, ਆਹ ਮੋਗੇ ਪਹੁੰਚ ਗਿਆ ਸਾਈਕਲ ਜੀ, ਬਸ ਦਬੱਲੀ ਚੱਲ ਵੀਰੇ ਪਠਾਨਕੋਟ ਤੱਕ, ਕਿਤੇ ਸ਼ਾਇਦ ਗੱਲ ਬਣ ਜਾਵੇ। ਸਾਡੀਆਂ ਸ਼ੁਭ ਇਸ਼ਾਵਾਂ ਨੇ ਜੀ ਤੁਹਾਡੇ ਨਾਲ, ਸ਼ੁਭ ਇਸ਼ਾਵਾਂ ਨਹੀਂ ਮੇਰੀ ਤਾਂ ਹਮਦਰਦੀ ਇਹਨਾਂ ਦੇ ਨਾਲ ਯਾਰ, ਇਹ ਇਹ ਵੇਖ ਲਓ ਕੀ ਬਣ ਡਿਆ ਅਤੇ ਕੀ ਬਣਾਉਣ ਡਿਆ। ਮੰਤਰੀ ਮੇਰੀ ਗੱਲ ਸੁਣੋ ਧਿਆਨ ਨਾਲ, ਮੈਂ ਕੁਛ ਬੰਦਿਆਂ ਨਾਲ ਗੱਲਬਾਤ ਕੀਤੀ ਆ, ਹੁਣ ਮੈਂ ਆਪਣੇ ਸੋਰਸ ਰਿਵੀਲ ਨਹੀਂ ਕਰਦਾ ਜੀ, ਵਿਸ਼ਵਾਸ ਪਾਤਰ ਹੁੰਦੇ ਨੇ, ਉਹ ਨਾ ਖੁਸ਼ ਨੇ ਕੁਛ ਮੰਤਰੀ, ਉਹ ਨਹੀਂ ਚਾਹੁੰਦੇ ਇਲੈਕਸ਼ਨ 'ਚ ਜਾਣਾ, ਜਿਨ੍ਹਾਂ ਨੇ ਬਹੁਤ ਜੱਦੋ ਜਹਿਦ ਦੇ ਨਾਲ ਸੀਟਾਂ ਜਿੱਤੀਆਂ ਨੇ ਆਪਣੀਆਂ, ਉਹ ਕਹਿੰਦੇ ਕਿ ਜੋ ਅਸੀਂ ਬੇਸ ਹੁਣ ਬਤੌਰ ਮੰਤਰੀ ਬਣ ਕੇ ਉੱਥੇ ਹੋਰ ਮਜ਼ਬੂਤ ਕਰਨਾ, ਤਾਂ ਤੁਸੀਂ ਸਾਨੂੰ ਅੱਧ ਵਿਚਾਲੇ ਉਖਾੜ ਰਹੇ ਜੇ, ਅਤੇ ਫਿਰ ਤੁਸੀਂ 27 'ਚ ਕਹੋ ਕਿ ਫਿਰ ਵਿਧਾਨ ਸਭਾ ਲੜ, ਤਾਂ ਅਸੀਂ ਕੀ ਲੜਾਂਗੇ। ਇਹ ਬਹੁਤ ਵੱਡੇ ਕਹਿ ਲਓ ਕਿ ਸਵਾਲ ਵੀ ਆ, ਸੰਭਾਵਨਾਵਾਂ ਤਾਂ ਚਲੋ ਜਿੱਤ ਦੀਆਂ ਹੁੰਦੀਆਂ ਹੀ ਨੇ ਜੀ ਜੀ, ਬਈ ਫਿਰ ਦੂਜੀ ਇਹ ਇਨਸਕਿਉਰਿਟੀ ਇਹ ਹੁੰਦੀ ਹੈ ਕਿ ਜੇ ਅਸੀਂ ਹਾਰ ਗਏ ਕਿ ਸਾਨੂੰ ਮੰਤਰੀ ਬਣਾ ਹੀ ਰੱਖੋਗੇ। ਸਭ ਤੋਂ ਵੱਡਾ ਸਵਾਲ ਮੰਤਰੀ ਦੇ ਮਨ 'ਚ ਇਹੋ ਜਾਂਦਾ ਕਿ ਜੇ, ਕਿਉਂਕਿ ਹਾਰ ਤਾਂ ਪਾਰਟ ਹੈ ਨਾ ਇਸ ਗੇਮ ਦਾ, ਵੀ ਜੇ ਮੈਂ ਹਾਰ ਗਿਆ ਕੀ ਮੰਤਰੀ ਬਣਾ ਹੀ ਰੱਖੋਗੇ ਮੈਨੂੰ, ਅਤੇ ਜਿਹੜਾ ਹਾਰਿਆ ਇਸ ਤਰ੍ਹਾਂ ਨਕਾਰਿਆ ਫਿਰ ਉਹ ਵਜ਼ਾਰਤ ਦੇ ਵਿੱਚ ਰਹੇਗਾ ਵੀ, ਅਤੇ ਉਹਦੀ ਬੁਕਤ ਕੀ ਹੋਏਗੀ। ਜੀ 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 ਜੀ, ਤਾਂ ਇੱਧਰਲੇ ਪਾਸੇ ਤੋਂ ਪ੍ਰਿੰਸੀਪਲ ਸਾਹਿਬ ਨੇ ਇੱਕ ਜੀ ਉਹਨਾਂ ਦਾ ਕਮੈਂਟ ਆ, ਉਹ ਕਹਿੰਦੇ ਕਿ ਬਾਈ ਮੁੱਖ ਮੰਤਰੀ ਸਾਹਿਬ ਚੀਮਾ ਆਏ ਸੀ ਜੀ 9 ਮਾਰਚ ਨੂੰ, ਸ਼ਾਮ ਤੋਂ ਬਠਿੰਡਾ ਜਾਣ ਵਾਲੀ ਮੇਨ ਰੋਡ ਆ ਜਿਹੜੀ ਉਹ ਬੰਦ ਕਰ ਰੱਖੀ ਸੀ ਜੀ, ਹਰੇਕ ਪਿੰਡ ਦੇ ਵਿੱਚ ਫੋਰਸ ਲਾ ਰੱਖੀ ਸੀ, ਬਹੁਤ ਮਾੜੀ ਗੱਲ ਆ ਜੀ ਇਹੋ ਜਿਹਾ ਹਾਲ ਚਾਲ ਆ। ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦੇਖੋ, ਕਹਿੰਦੇ ਕਿ ਬਾਈ ਕੀ ਚੱਲ ਰਿਹਾ ਸਾਡੇ ਹਲਕੇ ਦੇ ਵਿੱਚ, ਜੇ ਕਹਿੰਦੇ ਕਿ ਕੀ ਕਹਿ ਸਕਦੇ ਹਾਂ ਜੀ ਇਹਦੇ ਬਾਰੇ, ਤਾਂ ਕੋਈ ਕੀ ਟਿੱਪਣੀ ਪਹਿਲਾਂ ਕੀ ਕਹਿਣਾ ਹੈ ਜੀ ਜੀ, ਬਸ ਇਹ ਤਾਂ ਹੁਣ ਤੁਸੀਂ ਬਾਈ ਜਿਹਨਾਂ ਲੋਕਾਂ ਨੇ ਜਿਹੜੇ ਤੁਹਾਡੇ ਸਰਕਲ 'ਚ ਮਿੱਤਰ ਪਿਆਰੇ ਆ, ਜਿਹੜੇ ਇਹਨਾਂ ਦੇ ਕੱਟੜ ਸਮਰਥਕ ਹੈ, ਉਹਨਾਂ ਨੂੰ ਕਿਹਾ ਕਰੋ ਤੁਸੀਂ, ਸ਼ਾਇਦ ਕੋਈ ਉਹਨਾਂ ਨੂੰ ਸਮਝ ਲੱਗੇ ਬਈ ਇੱਥੇ ਤਾਂ ਇਹ ਹਾਲ ਆ ਕਿ ਉਦਘਾਟਨਾਂ ਤੋਂ ਲੜੀ ਜਾਂਦੇ ਨੇ, ਉਦਘਾਟਨਾਂ ਤੋਂ ਲੜੀ ਜਾਂਦੇ ਆ ਬਿੱਟੂ, ਅਤੇ ਉਹ ਬੋਝੇ 'ਚ ਰੀਬਨ ਪਾ ਕੇ ਭੱਜਾ ਫਿਰਦਾ ਕਮਲਿਆਂ ਵਾਂਗੂ। ਇਹ ਨੇ ਇਹ ਇਹ ਸੈਂਟਰ ਦੇ ਪ੍ਰੋਜੈਕਟ ਆ ਜਿਹੜੇ, ਉਹਨਾਂ ਦੀ ਲੇਬਲਿੰਗ, ਉਹਨਾਂ 'ਤੇ ਲੇਬਲਿੰਗ ਆਪਣੀ ਕਰੀ ਜਾਂਦੇ ਨੇ। ਅਸੀਂ ਰਾਜਪੁਰੇ ਹੋਇਆ, ਰਾਜਪੁਰੇ ਵੀ ਰੌਲਾ ਰੱਪਾ ਪਈ ਜਾਂਦਾ, ਉੱਥੇ ਵੀ ਕਹਿੰਦੇ ਕਿ ਬਈ ਇਹਨਾਂ ਨੇ ਐਮਐਲਏ ਸਾਹਿਬ ਉਦਘਾਟਨ ਕਰਕੇ, ਹਾਂ ਉਦਘਾਟਨਾਂ 'ਤੇ ਲੜੀ ਜਾਂਦੇ ਨੇ ਜੀ ਜੀ। ਜੇ ਇਸ ਹਿਸਾਬ ਨਾਲ ਆਪਾਂ ਦੇਖੀਏ ਤਾਂ ਬਹੁਤ ਸਾਰੇ ਸੈਂਟਰ ਦੇ ਪ੍ਰੋਜੈਕਟ ਆ ਜਿਨ੍ਹਾਂ ਦੇ ਵਿੱਚ ਸ਼ੇਅਰ ਪੈਂਦਾ, ਅਤੇ ਪਰ ਇਹ ਤੁਹਾਨੂੰ ਪਤਾ ਹੀ ਆ ਫਿਰ ਜੋ ਕਰਦੇ ਆ। ਜੀ 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 ਜੀ।